ਇਹਨਾਂ ਦੇ ਰੋਜ਼ ਵਾਲੇ ਮੋਮੋਜ਼ ਬਹੁਤ ਟੇਸਟੀ ਨੇ ਵੀਰੇ ਸੱਚੀ। ਸਹੇਲੀ ਤਾਂ ਕੋਈ ਹੈਗੀ ਨਹੀਂ ਦੀ, ਤਾਂ ਫਿਰ ਇੱਥੇ ਰੋਜ਼ ਡੇ ਮਨਾਉਣ ਆ ਗਏ ਆਪਾਂ ਮੋਮੋਜ਼ ਨਾਲ। ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਅਸ਼ਕ ਵੀ ਸਪੈਸ਼ਲ ਆ ਕੇ ਖਾਓ, ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੋਮੋਜ਼ ਇਹਨਾਂ ਦੇ ਇੱਕ ਵਾਰ। ਪਿਆਰ ਦਾ ਤੇ ਗੁਲਾਬ ਦਾ ਬੜਾ ਗਹਿਰਾ ਰਿਸ਼ਤਾ ਹੈ। ਕੋਈ ਵੀ ਕਿਸੇ ਨੂੰ ਕੁਝ ਕਹਿਣਾ ਚਾਹੁੰਦਾ ਹੈ, ਦਿਲ ਦੀ ਗੱਲ ਹੋਵੇ ਤਾਂ ਗੁਲਾਬ ਦਾ ਫੁੱਲ ਵੀ ਦਿੱਤਾ ਜਾਂਦਾ ਹੈ। ਪਰ ਇਹ ਤਸਵੀਰਾਂ ਇੱਕ ਮੋਮੋਜ਼ ਦੀ ਰੇੜੀ ਦੀਆਂ ਨੇ, ਜਿੱਥੇ ਇਸ ਰੇੜੀ ਵਾਲੇ ਨੇ ਪ੍ਰੇਮੀ ਜੋੜਿਆਂ ਨੂੰ ਰਜਾਉਣ ਦੇ ਲਈ ਆਪਣੇ ਮੋਮੋਜ਼ ਨੂੰ ਹੀ ਰੋਜ਼ ਮੋਮੋਜ਼ ਬਣਾ ਲਿਆ। ਮੋਮੋਜ਼ ਦੇ ਵਿੱਚ ਗੁਲਾਬ ਦੀਆਂ ਪੱਤੀਆਂ ਤਾਂ ਪਾਈਆਂ, ਨਾਲ ਹੀ ਪਲੇਟ ਵੀ ਗੁਲਾਬ ਦੇ ਫੁੱਲਾਂ ਨਾਲ ਹੀ ਸਜਾ ਦਿੱਤੀ, ਜਿਸ ਨੂੰ ਖਾਣ ਲਈ ਗਾਹਕਾਂ ਦੀ ਵੀ ਭੀੜ ਲੱਗ ਗਈ। ਰੋਜ਼ ਡੇ ਤੇ ਖਾਸ ਤੌਰ ਤੇ ਰੋਜ਼ ਮੋਮੋਜ਼ ਤਿਆਰ ਕੀਤੇ ਗਏ, ਤੇ ਇੱਥੇ ਪਹੁੰਚ ਕੇ ਪ੍ਰੇਮੀ ਜੋੜਿਆਂ ਨੇ ਰੋਜ਼ ਮੋਮੋਜ਼ ਖਾਂਦੇ ਹੋਏ ਆਪਣੇ ਦਿਲ ਦੀਆਂ ਗੱਲਾਂ ਵੀ ਕੀਤੀਆਂ ਨੇ। ਇਹ ਤਸਵੀਰਾਂ ਭਵਾਨੀਗੜ੍ਹ ਦੇ ਇੱਕ ਇਲਾਕੇ ਦੀਆਂ ਨੇ, ਜਿੱਥੇ ਇਸ ਰੇੜੀ ਵਾਲੇ ਨੇ ਰੋਜ਼ ਮੋਮੋਜ਼ ਬਣਾ ਕੇ ਪ੍ਰੇਮੀ ਜੋੜਿਆਂ ਦਾ ਦਿਲ ਜਿੱਤ ਲਿਆ। ਸਰ, ਅੱਜ ਰੋਜ਼ ਡੇ ਹੈ, ਲੋਕਾਂ ਦੀ ਡਿਮਾਂਡ ਸੀ ਕਿ ਕੋਈ ਨਵੀਂ ਆਈਟਮ ਤਿਆਰ ਕਰੋ, ਇਸ ਲਈ ਹਮਨੇ ਗੁਲਾਬ ਮੋਮੋਜ਼ ਤਿਆਰ ਕੀਏ। ਸਰ, ਇਸ ਸੀਕਰੇਟ ਹੈ, ਮਤਲਬ ਬਤਾ ਨਹੀਂ ਸਕਤੇ। ਲੋਕ ਬਹੁਤ ਪਸੰਦ ਆ ਰਹੇ, ਜਿਹੜੇ ਜੁੜਵਾ ਹੈ, ਮਤਲਬ ਹਾਂ ਵਾਈਫ ਅਤੇ ਹਸਬੈਂਡ, ਇਹਨੂੰ ਲੋਕ ਬਹੁਤ ਪਸੰਦ ਕਰ ਰਹੇ। ਇਹ ਸਰ 14 ਤਾਰੀਖ ਤੱਕ ਚਲੇਂਗੇ। 14 ਤਾਰੀਖ ਤੱਕ ਇਹ ਗੁਲਾਬ ਮੋਮੋਜ਼ ਮਿਲੇਗੇ ਜੀ ਸਰ। ਲੋਕ ਸਪੈਸ਼ਲ ਆ ਰਹੇ ਹੈ, ਪਟਿਆਲੇ ਸੇ ਆ ਰਹੇ ਹੈ, ਇੱਧਰ ਆ ਰਹੇ ਹੈ ਮਾਨਸਾ, ਸੰਗਰੂਰ। ਲੋਕ ਕਿੰਨੇ ਰੁਪਏ ਕੀ ਪਲੇਟ ਹੈ ਇਹ? ਸਰ, ਇਹ 60 ਰੁਪਏ ਕੀ ਪਲੇਟ ਹੈ, ਇਸਮੇ 4 ਪੀਸ ਹੈ। ਪੋਸਟਰ ਵੇਖਿਆ ਸੀ ਵੀਰੇ ਆਪਾਂ ਨੇ, ਠੀਕ ਹੈ, ਤੇ ਸਹੇਲੀ ਤਾਂ ਕੋਈ ਹੈਗੀ ਨਹੀਂ ਦੀ, ਤਾਂ ਫਿਰ ਇੱਥੇ ਰੋਜ਼ ਡੇ ਮਨਾਉਣ ਆ ਗਏ ਆਪਾਂ ਮੋਮੋਜ਼ ਨਾਲ। ਵਧੀਆ ਲੱਗਿਆ ਮੋਮੋਜ਼ ਵੀ, ਬਹੁਤ ਟੇਸਟੀ ਨੇ ਰੋਜ਼ ਵੀ। ਹਾਂ ਹਾਂ ਵੀਰੇ, ਬਹੁਤ ਟੇਸਟੀ ਮੋਮੋਜ਼ ਨੇ। ਹਾਂ ਹਾਂਜੀ, ਤੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਤਾਂ, ਇਹਨਾਂ ਨਾਲ ਹੀ ਰੂਹ ਖੁਸ਼ ਹੋ ਗਈ ਆਪਣੀ ਤਾਂ। ਮੇਰਾ ਪਿੰਡ ਬਿਜਲਪੁਰਾ ਵੀਰੇ, ਮੇਰਾ ਲੋਕਲ ਭਵਾਨੀਗੜ੍ਹ ਵਿੱਚ ਨਾਨਕੇ ਰਹਿੰਦਾ ਮੈਂ। ਟੇਸਟ ਬਹੁਤ ਘੈਂਟ ਆ ਵੀਰੇ ਯਾਰ, ਹੁਣ ਤਾਂ ਟੇਸਟਾਂ ਨਾਲ ਹੀ ਟਾਈਮ ਪਾਸ ਕਰਿਆ, ਫਿਰ ਹੁਣ ਕਰਨਾ ਵੀ ਕੀ ਆਪਾਂ ਨੇ। ਹਾਂ, ਰੋਜ਼ ਡੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਆਪਾਂ। ਹੁਣ ਸਹੇਲੀ ਤਾਂ ਹੈ ਨਹੀਂ ਕੋਈ, ਆਹੀ ਕੁਛ ਕਰਨਾ ਆਪਾਂ ਨੇ, ਹੋਰ ਤਾਂ ਕੀ ਆ। ਵੀਰੇ ਮੇਰਾ ਨਾਮ ਗੌਰਵ ਹੈ, ਮੈਂ ਪਟਿਆਲੇ ਤੋਂ ਆਇਆ ਇੱਥੇ ਸਪੈਸ਼ਲ। ਮੈਨੇ ਇਹਨਾਂ ਦੀ ਪੋਸਟਰ ਦੇਖਿਆ ਸੀਗਾ ਵੀਰੇ, ਆਪਣੇ ਫਰੈਂਡ ਵੀ ਖਾ ਕੇ ਗਏ ਨੇ ਇੱਥੇ ਮੋਮੋਜ਼ ਵਗੈਰਾ। ਇਹਨਾਂ ਦੇ ਰੋਜ਼ ਵਾਲੇ ਮੋਮੋਜ਼ ਬਹੁਤ ਟੇਸਟੀ ਨੇ ਵੀਰੇ ਸੱਚੀ। ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਅਸ਼ਕ ਵੀ ਸਪੈਸ਼ਲ ਆ ਕੇ ਖਾਓ, ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੋਮੋਜ਼ ਇਹਨਾਂ ਦੇ ਇੱਕ ਵਾਰ। ਇਹਨਾਂ ਦੇ ਮੋਮੋਜ਼ ਸੱਚੀ ਬਾਈ ਬਹੁਤ ਟੇਸਟੀ ਨੇ। ਇਹ ਵੀਰੇ ਬਲਿਆਰ ਰੋਡ ਤੇ ਦੁਕਾਨ ਆ, ਸ਼ਿਵਮ ਯਾਦਵ ਮੋਮੋਜ਼ ਦੀ ਦਾਮ ਤੇ। ਬਹੁਤ ਵਧੀਆ ਲੱਗਿਆ ਵੀਰੇ ਸਜਾਵਟ ਦੇਖ ਕੇ, ਇਹਨਾਂ ਨੇ ਵਧੀਆ ਸਿਸਟਮ ਨਾਲ ਰੱਖੇ ਹੋਏ ਨੇ ਮੋਮੋਜ਼ ਜੀ, ਬਹੁਤ। ਹਾਂ ਵੀਰੇ, ਰੂਹ ਪੂਰੀ ਖੁਸ਼ ਹੋ ਰਹੀ ਹੈ ਜੀ ਅੱਜ ਇਹਨਾਂ ਨੂੰ ਦੇਖ ਕੇ ਮੋਮੋਜ਼ਾਂ ਨੂੰ, ਬਸ ਜੀ ਲੱਗਿਆ ਪਿਆ। ਬਸ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਸਹੇਲੀ ਨਹੀਂ ਹੈਗੀ, ਉਹ ਵੀ ਆਹ ਮੋਮੋਜ਼ਾਂ ਨਾਲ ਆ ਕੇ ਟਾਈਮ ਪਾਸ ਕਰੋ। ਮੈਂ ਵੀਰੇ ਫੁੱਲ ਪਲੇਟ ਖਾ ਲਈ ਹੁਣ ਤੱਕ, ਦੂਜੀ ਪਲੇਟ ਦੇਣ ਆ ਰਹੇ ਨੇ ਜੀ ਹੁਣ ਉਹ।